ਹਾਂਜੀ ਜੀ ਲੋਕੋ ਸਵਾਗਤ ਹੈ ਆਪਣੀ ਚੈਨਲ ਦੇ ਤੇ ਅੱਜ ਦੀ ਵੀਡੀਓ 'ਚ ਆਪਾਂ ਮੇਨਲੀ ਇੱਕ ਗੱਲ ਕਰਨੀ ਹੈ ਚਾਹੇ ਤੁਸੀਂ ਕਿਸੇ ਵੀ ਕੈਟਾਗਰੀ ਦੀ ਐਪਲੀਕੇਸ਼ਨ ਲਈਆ ਉਹਨਾਂ ਸਾਰਿਆਂ ਨੂੰ ਮੈਂ ਇਹ ਚੀਜ਼ ਕਹਿਣਾ ਚਾਹਾਂਗਾ ਕਿ ਮੈਨੂੰ ਕਾਫੀ ਨੇੜੇ ਕੁਐਸਚਨ ਕਰਦੇ ਨੇ ਕਿ ਸਾਡੀ ਐਪਲੀਕੇਸ਼ਨ ਲੱਗ ਚੁੱਕੀ ਹੈ ਤੇ ਅਸੀਂ ਆਹ ਡਾਕੂਮੈਂਟ ਜਿਹੜਾ ਆਪਦੀ ਫਾਈਲ ਦੇ ਵਿੱਚ ਨਹੀਂ ਲਗਾਇਆ ਹੈਗਾ ਅਸੀਂ ਆਹ ਡਾਕੂਮੈਂਟ ਜਿਹੜਾ ਹੈਗਾ ਆਪਦੀ ਫਾਈਲ ਦੇ ਵਿੱਚ ਨਹੀਂ ਲਗਾਇਆ ਕੁਝ ਇੰਪੋਰਟੈਂਟ ਡਾਕੂਮੈਂਟ ਵੀ ਜਿਹੜੇ ਹੈਗੇ ਨੇ ਉਹ ਆਪਦੀ ਫਾਈਲ ਦੇ ਵਿੱਚ ਨਹੀਂ ਲਗਾਉਂਦੇ ਹੈਗੇ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਫਾਈਲ ਲੱਗਣ ਤੋਂ ਬਾਅਦ ਤੁਹਾਡੇ ਕੀ ਚੁਆਇਸ ਰਹਿ ਜਾਂਦੀ ਹੈ ਕੀ ਤੁਹਾਨੂੰ ਉਸ ਦੇ ਬਾਰੇ ਸੋਚਣਾ ਚਾਹੀਦਾ ਜਾਂ ਨਹੀਂ ਸੋਚਣਾ ਚਾਹੀਦਾ ਤੇ ਫਾਈਲ ਲਾਉਣ ਤੋਂ ਪਹਿਲਾਂ ਤੁਹਾਨੂੰ ਕੀ ਚੀਜ਼ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਤਾਂ ਸਾਨੂੰ ਕਹੂੰਗਾ ਕਿ ਵੀਡੀਓ ਸ਼ੁਰੂਤ ਲੈ ਕਰਨ ਤੱਕ ਜੁਰ ਦੇਖ ਲਿਓ ਵੀਡੀਓ ਸਟਡੀ ਇਨਫੋਰਮੇਟਿਵ ਹੋ ਗਏ ਤੇ ਹੁਣ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਦੇ ਆ हां जी ਮੈਨੂੰ ਸਭ ਤੋਂ ਵੱਧ ਜਿਹੜੇ ਕੁਐਸਚਨ ਆਉਂਦੇ ਨੇ ਕਿ ਸਾਡੀ ਫਾਈਲ ਲੱਗ ਚੁੱਕੀ ਹੈ ਬਟ ਅਸੀਂ ਆ ਚੀਜ਼ ਨਹੀਂ ਅਪਲੋਡ ਕੀਤੀ ਕੀ ਇਹਦਾ ਸਾਨੂੰ ਇਫੈਕਟ ਪਊਗਾ ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਕਹਿਣਾ ਚਾਹੁੰਗਾ ਜਦੋਂ ਤੁਹਾਡੀ ਫਾਈਲ ਲੱਗ ਚੁੱਕੀ ਆ ਜਦੋਂ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਪੁੱਟ ਅਪ ਹੋ ਗਈ ਇਸ ਤੋਂ ਬਾਅਦ ਤੁਹਾਨੂੰ ਬਿਲਕੁਲ ਵੀ ਸੋਚਣ ਦਾ ਕੋਈ ਫਾਇਦਾ ਨਹੀਂ ਹੈਗਾ ਕਿ ਸਾਡਾ ਡਾਕੂਮੈਂਟ ਮਿਸ ਹੋ ਗਿਆ ਉਸ ਤੋਂ ਪਹਿਲਾਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਣੇ ਏਜੰਟ ਜਾਂ ਆਪਣੇ ਲਾਇਰਰ ਦੇ ਨਾਲ ਗੱਲ ਕਰੋ ਹਨਾ ਜੇ ਫਾਈਨੈਂਸ਼ੀਅਲੀ ਡਾਕੂਮੈਂਟ ਹੁੰਦੇ ਨੇ ਉਹਨਾਂ ਕਾਫੀ ਜਣਾਂ ਦੀ ਰਿਫਿਊਜ਼ਲ ਦੇਖਣ ਨੂੰ ਮਿਲਿਆਗੀ ਲਾਸਟ ਟਾਈਮ ਦੇ ਵਿੱਚ ਜਿਸ ਤੇ ਵੀ ਜਿਹੜਾ ਹੈਗਾ ਉਹਨਾਂ ਨੇ ਮਤਲਬ ਆਪਣੇ ਡਾਕੂਮੈਂਟ ਨੇ ਜਿਹੜੇ ਮੰਨ ਲਓ ਫਾਈਨੈਂਸ਼ੀਅਲੀ ਡਾਕੂਮੈਂਟ ਨੇ ਜੇ ਫਾਰਮ ਵਗੈਰਾ ਉਹ ਜੋ ਵੀ ਆਪਣੇ ਇੱਕ ਪ੍ਰੂਫ ਹੁੰਦਾਗਾ ਉਹਨਾਂ ਨੇ ਆਈਟੀਆਰ ਤਾਂ ਸਬਮਿਟ ਕਰਤੀ ਬਟ ਜੇ ਫਾਰਮ ਵਗੈਰਾ ਨਹੀਂ ਸਬਮਿਟ ਕਰਦੇ ਹੈਗੇ ਵਿੱਚ ਲੋਕਾਂ ਦਾ ਤਾਂ ਉੱਥੇ ਜਿਹੜੀ ਹੈਗੀ ਪ੍ਰੋਬਲਮ ਦੇਖਣ ਨੂੰ ਮਿਲ ਜਾਂਦੀ ਹੈਗੀ ਤਾਂ ਇਸ ਤੋਂ ਬਾਅਦ ਜਦੋਂ ਰਿਫਿਊਜ਼ਲ ਮਿਲਦੀ ਹੈ ਫਿਰ ਆਪਾਂ ਨੂੰ ਆਇ ਜਿਹੜੇ ਡਾਕੂਮੈਂਟ ਆਪਾਂ ਜਿਹੜੇ ਸਬਮਿਟ ਕਰਦੇ ਆਂ ਕੈਨੇਡੀਅਨ ਇੰਵੈਸਟਰ ਨੂੰ ਬਹੁਤ ਗਲਤ ਨੇ ਪਰ ਜਿਹੜਾ ਇੱਕ ਓਵਰ ਡਾਕੂਮੈਂਟ ਜਿਹੜਾ ਆਪਾਂ ਸਬਮਿਟ ਕਰਦੇ ਆਂ ਉਹ ਵੀ ਗਲਤ ਨੇ ਤਾਂ ਮੈਂ ਸੋ ਨਹੀਂ ਚੀਜ਼ ਕਹਿਣਾ ਚਾਹੁੰਗਾ ਕਿ ਪਲੀਜ਼ ਜਦੋਂ ਫਾਈਲ ਲੱਗ ਜਾਂਦੀ ਹੈ ਉਸ ਤੋਂ ਬਾਅਦ ਸੋਚਣ ਦਾ ਕੋਈ ਮਤਲਬ ਨਹੀਂ ਹੁੰਦਾ ਤੁਸੀਂ ਆਪਦੇ ਏਜੰਟ ਨਾਲ ਪਹਿਲਾਂ ਗੱਲ ਕਰੋ ਕਿ ਸਾਡਾ ਕੋਈ ਇਹ ਡਾਕੂਮੈਂਟ ਹੈਗਾ ਜੇਕਰ ਤੁਹਾਨੂੰ ਖੁਦ ਨੂੰ ਵੀ ਲੱਗਦਾ ਹੈ ਕਿ ਸਾਡਾ ਇਹ ਡਾਕੂਮੈਂਟ ਜਿਹੜਾ ਹੈਗਾ ਸਾਡੀ ਅਪਲੀਕੇਸ਼ਨ ਦੇ ਵਿੱਚ ਨਹੀਂ ਲੱਗਿਆ ਹੈਗਾ ਤਾਂ ਤੁਸੀਂ ਫਾਈਲ ਲਾਉਣ ਤੋਂ ਪਹਿਲਾਂ ਜਿਹੜੀ ਗੱਲ ਕਰੋ ਜੇ ਸੀ ਮੇਰੇ ਨਾਲ ਕੰਮ ਇੰਸਟਾਗ੍ਰam ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ ਖਾਸ ਕਰਕੇ ਮੈਂ ਸੁਣ ਰਿਹਾ ਹਾਂ ਫਾਈਨੈਂਸ਼ੀਅਲੀ ਜੋ ਡਾਕੂਮੈਂਟ ਹੋਗੇ ਤੇ ਰਿਲੇਸ਼ਨਸ਼ਿਪ ਦੇ ਡਾਕੂਮੈਂਟ ਹੋਗੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਹੋਰ ਕੈਟਾਗਰੀ ਦਾ ਐਲਐਮਆਈ ਦੀ ਕੈਟਾਗਰੀ ਚ ਲੱਗਦੇ ਨੇ ਜੋ ਵੀ ਉਹਨਾਂ ਦੀ ਰਿਕੁਆਇਰਮੈਂਟਸ ਹੋ ਗਈਆਂ ਉਹ ਡਾਕੂਮੈਂਟ ਹੋਗੇ ਸਟੂਡੈਂਟ ਕੈਟਾਗਰੀ ਦੇ ਵਿੱਚ ਐਸਡੀਐਸ ਤੇ ਨੋਨ ਐਸਡੀਐਸ ਦੇ ਵਿੱਚ ਜੋ ਵੀ ਡਾਕੂਮੈਂਟ ਮੰਗੇ ਜਾਂਦੇ ਨੇ ਉਹਨਾਂ ਦੇ ਬਾਰੇ ਜੋ ਆਪਾਂ ਵਿਜ਼ਟਰ ਵੀਜ਼ੇ ਦੀ ਅਪਲੀਕੇਸ਼ਨ ਲਗਾਉਣੀ ਹੈਗੀ ਨਾ ਉਸ ਦੇ ਵਿੱਚ ਜੋ ਵੀ ਤੁਸੀਂ ਪਲਾਨ ਲੈ ਕੇ ਚੱਲਦੇ ਹੋ ਕਿ ਤੁਸੀਂ ਕੈਨੇਡਾ ਕਿਉਂ ਜਾ ਰਹੇ ਹੋ ਜਦੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਜਾ ਰਹੇ ਨੇ ਉਹਨਾਂ ਦੇ ਹਿਸਾਬ ਨਾਲ ਜੋ ਵੀ ਉਸ ਤੋਂ ਡ ਤਾਂ ਪਲੀਜ਼ ਉਸ ਨੂੰ ਪਹਿਲਾਂ ਜਿਹੜਾ ਕੰਪਲੀਟ ਕਰੋ ਬਾਅਦ ਦੇ ਵਿੱਚ ਉਸਦੇ ਬਾਰੇ ਗੱਲ ਕਰਨ ਦਾ ਜਿਹੜਾ ਕੋਈ ਵੀ ਜਿਹੜਾ ਫਾਇਦਾ ਨਹੀਂ ਹੁੰਦਾ ਹੈਗਾ ਤਾਂ ਸਾਨੂੰ ਕਹੂੰਗਾ ਕਿ ਕਿਸੇ ਚੰਗੇ ਲਾਇਰ ਕੇਸੇ ਚੰਗੇ ਏਜੰਟ ਤੋਂ ਜਿਹੜੀ ਆਪਦੀ ਫਾਈਲ ਲਗਾਓ ਜਿਸ ਨੂੰ ਸਾਰੀਆਂ ਚੀਜ਼ਾਂ ਦਾ ਜਿਹੜਾ ਪਤਾ ਹੋਵੇ ਕਿ ਕਿੱਥੇ ਤੁਹਾਡੀ ਐਪਲੀਕੇਸ਼ਨ ਵਿੱਚ ਕਿਸ ਚੀਜ਼ ਦਾ ਜਿਹੜਾ ਵਰਕ ਜਿਹੜਾ ਹੋਊਗਾ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਬਾਅਦ ਵਿੱਚ ਰਿਫਿਊਜ਼ਲਸ ਆ ਜਾਂਦੀ ਨੇ ਉਸ ਦਾ ਕੋਈ ਮਤਲਬ ਨਹੀਂ ਮੰਨਦਾ ਹੈਗਾ ਕਿਉਂਕਿ ਫਿਰ ਬਾਅਦ ਵਿੱਚ ਆਪਾਂ ਜਿਹੜਾ ਹੈਗਾ ਕੁਝ ਵੀ ਨਹੀਂ ਕਰ ਸਕਦੇ ਹਾਂਗੇ ਰੀਕਨਸਿਡਰੇਸ਼ਨ ਪਾਉਣ ਦੇ ਵਾਸਤੇ ਕਹਿੰਦੇ ਨੇ ਰੀਚੈਕ ਕਹਿੰਦੇ ਨੇ ਫਾਈਲ ਨੂੰ ਅਸੀ ਕਰਾਉਣਾਗਾ ਤਾਂ ਉਹਦੇ ਵਿੱਚ ਵੀ ਸੁਟ ਲੈਵੇ ਇਹਨਾਂ ਕੈਵਿਡੈਂਸ ਹੋਣਾ ਚਾਹੀਦਾ ਕਿ ਅਸੀਂ ਆਹ ਡਾਕੂਮੈਂਟਸ ਤੁਹਾਨੂੰ ਸਾਮਿਟ ਦਿੱਤੀ ਤਾਂ ਤੁਸੀਂ ਸਾਡਾ ਇਹ ਡਾਕੂਮੈਂਟ ਨਹੀਂ ਦੇਖਿਆ ਹੈਗਾ ਜਿਸ ਕਰਕੇ ਤੁਸੀਂ ਸਾਡੀ ਰਿਫਿਊਜ਼ਲ ਦਿੱਤੀ ਉਹ ਡਾਕੂਮੈਂਟ ਆਲਰੇਡੀ ਅਸੀਂ ਸੈਂਡ ਕਰ ਰੱਖਿਆ ਤਾਂ ਕਿ ਤੇ ਜਾ ਕੇ ਆਪਣਾ ਰਿਵਰ ਬਟ ਉਸ ਤੋਂ ਲਾਭ ਨਹੀਂ ਹੁੰਦੇ ਤਾਂ ਪਲੀਜ਼ ਫਾਈਲ ਲਾਉਣ ਤੋਂ ਪਹਿਲਾਂ ਆਪਦੇ ਡਾਕੂਮੈਂਟ ਚੈੱਕ ਕਰੋ ਫਾਈਲ ਲਾਉਣ ਤੋਂ ਬਾਅਦ ਕੁਝ ਵੀ ਸੋਚਣ ਦਾ ਜਿਹੜਾ ਕੋਈ ਫਾਇਦਾ ਨਹੀਂ ਹੈਗਾ ਬੈਕ ਫਾਰਮ ਦੇ ਜ਼ਰੀਏ ਤੁਸੀਂ ਅਪਡੇਟ ਕਰ ਸਕਦੇ ਹੋ ਐਮਬੈਸੀ ਵੱਲੋਂ ਦੇਖਣਾ ਨਾ ਦੇਖਣਾ ਉਹਨਾਂ ਦੀ ਮਰਜ਼ੀ ਹੈਗੀ ਚੈੱਕ ਕਰਦੇ ਨੇ ਜਾਂ ਨਹੀਂ ਕਰਦੇ ਉਹ ਇੱਕ ਡਿਫਰੈਂਟ ਚੀਜ਼ ਬਣ ਜਾਂਦੀ ਆ ਬਟ ਫਾਈਲ ਲਾਉਣ ਤੋਂ ਪਹਿਲਾਂ ਇਹ ਸਾਰੀ ਚੀਜ਼ਾਂ ਜਿਹੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਤੁਸਨਾਂ ਹੀ ਇੱਕ ਡਿਸਕਸ ਕਰਨੀ ਸੀ ਜੇਕਰ ਤੁਹਾਨੂੰ ਵੀਡੀਓ ਦੇ ਲੱਗੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਓਕੇ ਜੀ ਥੈਂਕ ਯੂ